एक्चुअली केबीसी में मैं बचपन से ही फॉलो करती आ रही हूँ। जब तक केबीसी चल रहा है तो केबीसी जरूर देखी है। ਤੇ ਉਹ ਪਲੇ ਅਲੋਂਗ ਜਦ ਜਦ ਮੈਂ ਸ਼ੁਰੂ ਕੀਤਾ ਮੈਂ ਪਲੇ ਅਲੋਂਗ ਹਰ ਸਾਲ ਖੇਡਿਆ ਤੇ ਕੋਸ਼ਿਸ਼ ਇਹੀ ਰਹੀ ਕਿ ਜਵਾਬ ਜਲਦੀ ਤੋਂ ਜਲਦੀ ਲਵਾਂ ਜਲਦੀ ਤੋਂ ਜਲਦੀ ਲਵਾਂ। ਮੈਨੂੰ ਫੋਨ ਆਇਆ ਕਿ ਮੈਡਮ ਤੁਹਾਡੀ ਸਿਲੈਕਸ਼ਨ ਹੋ ਗਈ ਹੈ ਤੇ ਤੁਸੀਂ ਹੁਣ ਫਾਸਟੈਸਟ ਸਿੰਗਰ ਲਈ ਤੁਹਾਡੀ ਸਿਲੈਕਸ਼ਨ ਹੋਈ ਹੈ ਤੇ ਤੁਸੀਂ ਵੀ ਆਉਣਾ ਚਾਹੋਗੇ। ਫਿਰ ਮੈਂ ਉਹਨਾਂ ਨੂੰ ਕਹਿੰਦਾ ਜ਼ਰੂਰ ਮੈਂ ਕਈ ਮੌਕਾ ਤਾਂ ਕੋਈ ਵੀ ਨਹੀਂ ਛੱਡਦਾ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਮਸ਼ਰੂਮਸ ਦੇ ਉੱਪਰ ਮੇਰਾ ਮੇਰੀ ਪੀ ਐਚ ਡੀ ਜਿਹੜੀ ਹੈਗੀ ਹੈ ਮੇਰੇ ਮਸ਼ਰੂਮਸ ਦੇ ਉੱਪਰ ਹੈ। ਮੇਰਾ ਨਾਮ ਡਾਕਟਰ ਐਨਾ ਗੋਇਲ ਹੈ ਅਤੇ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਰਿਸਰਚ ਅਸਿਸਟੈਂਟ ਦੇ ਤੌਰ 'ਤੇ ਨਿਯੁਕਤ ਹਾਂ। ਹਾਂਜੀ ਠੀਕ ਠੀਕ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਕਰੋ ਇਹ ਇਸ ਵਾਸਤੇ ਮਤਲਬ ਕਿ ਐਕਚੁਲੀ ਕੇ ਬੀ ਸੀ ਨੂੰ ਮੈਂ ਬਚਪਨ ਤੋਂ ਹੀ ਫੋਲੋ ਕਰਦੀ ਆ ਰਹੀ ਹਾਂ। ਜਦ ਤੱਕ ਕੇ ਬੀ ਸੀ ਚੱਲ ਰਿਹਾ ਅਸੀਂ ਕੇ ਬੀ ਸੀ ਜ਼ਰੂਰ ਦੇਖਦੇ ਹਾਂ ਕਿਉਂਕਿ ਕੇ ਬੀ ਸੀ ਮੇਰੇ ਮੁਤਾਬਿਕ ਇੱਕ ਗਿਆਨ ਦਾ ਬਹੁਤ ਵੱਡਾ ਸਰੋਤ ਹੈ ਕਿਉਂਕਿ ਉਹਦੇ ਵਿੱਚ ਸਵਾਲ ਆਉਂਦੇ ਆ, ਤੁਸੀਂ ਆਪਦੇ ਆਪ ਨੂੰ ਟੈਸਟ ਕਰਦੇ ਹੋ ਕਿ ਹਾਂ ਤੁਹਾਨੂੰ ਜਵਾਬ ਆ ਰਿਹਾ ਜਾਂ ਨਹੀਂ ਆ ਰਿਹਾ। ਬਚਪਨ ਤੋਂ ਹੀ ਜਦ ਤੱਕ ਕੇ ਬੀ ਸੀ ਦਾ ਸੀਜ਼ਨ ਉਹ ਮੈਂ ਮਤਲਬ ਅਸੀਂ ਦੇਖਦੇ ਆ ਰਹੇ ਹਾਂ। ਫਿਰ ਇਹਨਾਂ ਨੇ ਪਲੇ ਅਲੋਂਗ ਦਾ ਸੀਜ਼ਨ ਸ਼ੁਰੂ ਕੀਤਾ ਅਤੇ ਉਹ ਪਲੇ ਅਲੋਂਗ ਜਦ ਤਾਂ ਇਹਨਾਂ ਨੇ ਸ਼ੁਰੂ ਕੀਤਾ ਮੈਂ ਉਹ ਪਲੇ ਅਲੋਂਗ ਹਰ ਸਾਲ ਖੇਡਿਆ ਅਤੇ ਕੋਸ਼ਿਸ਼ ਇਹੀ ਰਹੀ ਕਿ ਜਵਾਬ ਜਲਦੀ ਤੋਂ ਜਲਦੀ ਦੇਵਾਂ ਜਲਦੀ ਤੋਂ ਜਲਦੀ ਦੇਵਾਂ ਤਾਂ ਕਿ ਮਤਲਬ ਹੁੰਦਾ ਸੀਗਾ ਕਿ ਕੰਟੈਸਟੈਂਟ ਤੋਂ ਪਹਿਲਾਂ ਆਪਾਂ ਵੀ ਜਵਾਬ ਦੇਈਏ ਕਿਉਂਕਿ ਅਸੀਂ ਇੱਥੇ ਹੀ ਕੇ ਬੀ ਸੀ ਖੇਡ ਰਹੇ ਹੁੰਦੇ ਹਾਂ ਅਤੇ ਉਹ ਇੱਕ ਬਹੁਤ ਹੁੰਦਾ ਕਰ ਬਿਲਕੁਲ। ਮੈਂ ਉਸ ਵੇਲੇ ਲੈਬ 'ਚ ਸੀ ਅਤੇ ਮੈਨੂੰ ਫੋਨ ਆਇਆ ਕਿ ਮੈਡਮ ਤੁਹਾਡੀ ਸਿਲੈਕਸ਼ਨ ਹੋ ਗਈ ਹੈ ਅਤੇ ਤੁਸੀਂ ਹੁਣ ਫਾਸਟੈਸਟ ਸਿੰਗਰ ਲਈ ਤੁਹਾਡੀ ਸਿਲੈਕਸ਼ਨ ਹੋਈ ਹੈ ਅਤੇ ਤੁਸੀਂ ਕੀ ਆਉਣਾ ਚਾਹੋਗੇ। ਫਿਰ ਮੈਂ ਉਹਨਾਂ ਨੂੰ ਕਹਿੰਦਾ ਜ਼ਰੂਰ ਮੈਂ ਕਈ ਮੌਕਾ ਤਾਂ ਕੋਈ ਵੀ ਨਹੀਂ ਛੱਡਦਾ ਅਤੇ ਫਿਰ ਮੈਂ ਉਹਨਾਂ ਨੇ ਸਾਨੂੰ ਉੱਥੇ ਬੁਲਾਇਆ ਅਤੇ ਅਸੀਂ ਫਿਰ ਉੱਥੇ ਏ ਬੀ ਸੀ ਅਮਿਤਾਭ ਜੀ ਨੂੰ ਮਿਲੇ ਅਤੇ ਖੇਡਿਆ ਉੱਥੇ ਏ ਬੀ ਸੀ। ਹਾਂਜੀ ਕੰਪੈਨੀਅਨ ਦੇ ਤੌਰ 'ਤੇ ਮੇਰੇ ਹਸਬੈਂਡ ਮੇਰੇ ਨਾਲ ਗਏ ਸੀ। ਫਾਸਟੈਸਟ ਸਿੰਗਰ ਫਸਟ ਵੇਲੇ ਨਾ ਕਾਫੀ ਕੁਛ ਤੁਹਾਡੇ ਦਿਮਾਗ 'ਚ ਚੱਲ ਰਿਹਾ ਹੁੰਦਾ ਕਿ ਹਾਂ ਤੁਹਾਡੇ ਸੁਪਨੇ ਤੁਹਾਡੇ ਚੱਲ ਰਿਹਾ ਹੁੰਦਾ ਕਿ ਹਾਂ ਮੈਂ ਕਿੱਦਾਂ ਮੈਂ ਚੇਅਰ ਤੱਕ ਪਹੁੰਚ ਸਕਾਂ ਮੈਂ ਹੌਟ ਸੀਟ ਤੱਕ ਪਹੁੰਚ ਸਕਾਂ। ਉਹ ਸੁਪਨੇ ਤੁਹਾਡੇ ਆਲੇ ਦੁਆਲੇ ਤੁਹਾਡੇ ਦਿਮਾਗ 'ਚ ਘੁੰਮ ਰਹੇ ਹੁੰਦੇ ਆ, ਬਟ ਫਿਰ ਆਪਣੇ ਆਪ ਨੂੰ ਇਕਾਗਰ ਕਰਕੇ ਮੈਂ ਫਾਸਟੈਸਟ ਸਿੰਗਰ ਫਸਟ ਦਾ ਸਵਾਲ ਜਦੋਂ ਆਇਆ ਮੇਰਾ ਧਿਆਨ ਸਿਰਫ ਔਰ ਸਿਰਫ ਸਵਾਲ 'ਤੇ ਸੀ ਕਿ ਹਾਂ ਮੈਂ ਉਹ ਸਵਾਲ ਨੂੰ ਸਹੀ ਸਵਾਲ ਨੂੰ ਤੇਜ਼ ਦੀ ਬਜਾਏ ਸਹੀ ਅਟੈਂਪਟ ਕਰ ਸਕਾਂ। ਅਤੇ ਉਸ ਚੱਕਰ 'ਚ ਪਰਮਾਤਮਾ ਦੀ ਕਿਰਪਾ ਸੀ ਕਿ ਸਭ ਤੋਂ ਤੇਜ਼ ਜਵਾਬ ਮੇਰਾ ਹੀ ਹੋਇਆ ਅਤੇ ਮੈਂ ਹੌਟ ਸੀਟ ਤੱਕ ਮੈਂ ਪਹੁੰਚ ਸਕੀ ਅਤੇ ਪਰਮਾਤਮਾ ਨੇ ਮੇਰੀ ਮੇਰੀ ਜਿਹੜੀ ਦੁਆ ਸੀ ਉਹ ਕਬੂਲ ਕੀਤੀ। ਅਮਿਤਾਬ ਜੀ ਨੂੰ ਮਤਲਬ ਮਿਲਣਾ ਫੇਸ ਟੂ ਫੇਸ ਤੇ ਬੜੀ ਵੱਡੀ ਮਤਲਬ ਬਚਪਨ ਤੁਸੀਂ ਸੋਚਦੇ ਹੋ 2 ਸਾਲ ਤੇ ਕਾਫੀ ਵੱਡੀ ਤੇ ਸ਼੍ਰੀ ਅਮਿਤਾਬ ਬੱਚਨ ਜੀ ਨੂੰ ਮਿਲਣਾ ਆਪਣੇ ਆਪ ਦੇ ਵਿੱਚ ਹੀ ਕਿਸੇ ਲਈ ਵੀ ਬਹੁਤ ਵੱਡਾ ਸੁਪਨਾ ਹੈ। ਅਤੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਅੱਗੇ ਬੈਠ ਕੇ ਕਹਿ ਲਓ ਮੇਰਾ ਜ਼ਿੰਦਗੀ ਦਾ ਜਿਹੜਾ ਸਭ ਤੋਂ ਵੱਡਾ ਸੁਪਨਾ ਸੀ ਨਾ ਉਹ ਮੇਰਾ ਪੂਰਾ ਹੋਇਆ ਅਤੇ ਪਰਮਾਤਮਾ ਦੀ ਕਿਰਪਾ ਰਹੀ ਕਿ ਮੈਂ ਉਹਨਾਂ ਨੂੰ ਮਿਲ ਪਾਈ ਕਿਉਂਕਿ ਮੈਂ ਉਹਨਾਂ ਨੂੰ ਆਪਦਾ ਆਈਡਲ ਸਮਝਦੀ ਹਾਂ ਕਿਉਂਕਿ ਉਹ ਜੋ ਕੁਛ ਵੀ ਉੱਥੇ ਬੋਲਦੇ ਆ ਜੋ ਵੀ ਸੈਂਟੈਂਸਿਸ ਉਹ ਬੋਲਦੇ ਆ ਸਪੈਸ਼ਲੀ ਇਹ ਸੈਂਟੈਂਸ ਕਿ ਜੋ ਮਨ ਕਾ ਹੋ ਤੋ ਅੱਛਾ ਜੋ ਨਾ ਹੋ ਤੋ ਔਰ ਵੀ ਅੱਛਾ। ਤੋ ਇਹ ਮੇਰੀ ਜ਼ਿੰਦਗੀ ਦੀ ਟੈਗ ਲਾਈਨ ਹੈ ਕਿ ਮੈਂ ਇਹ ਲਾਈਨ 'ਤੇ ਜ਼ਰੂਰ ਆਪਦੇ ਆਪ ਨੂੰ ਫੋਲੋ ਕਰਦੀ ਹਾਂ।
ਮੈਨੂੰ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੀ ਕੰਮ ਕਰਦੇ ਹੋ, ਤੇ ਮੈਂ ਉਹਨਾਂ ਨੂੰ ਦੱਸਿਆ ਕਿ ਅਸੀਂ ਮੈਂ ਮਸ਼ਰੂਮਸ ਦੇ ਉੱਪਰ, ਮੇਰੀ PhD ਜਿਹੜੀ ਹੈਗੀ ਆ ਮੇਰੀ ਮਸ਼ਰੂਮਸ ਦੇ ਉੱਪਰ ਹੈ। ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਤਾਂ ਮਸ਼ਰੂਮਸ ਪਸੰਦ ਨਹੀਂ, ਪਰ ਮੈਂ ਉਹਨਾਂ ਨੂੰ ਮਸ਼ਰੂਮਸ ਦੇ ਉੱਥੇ ਫਾਇਦੇ ਦੱਸੇ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਮੈਂ ਹੁਣ ਮੈਂ ਵੀ ਆਪਦੀ ਡਾਇਟ ਦੇ ਵਿੱਚ ਇਹਨੂੰ ਐਡ ਕਰੂੰਗਾ। ਤੇ ਮੈਂ ਸਰ ਨੂੰ ਕਿਹਾ, ਮੈਂ ਕਿਹਾ ਸਰ ਇਹ ਮੇਰੇ ਲਈ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਇਹਨੂੰ ਐਡ ਕਰੋਗੇ ਆਪਦੀ ਡਾਇਟ ਵਿੱਚ। ਮੈਂ ਉੱਥੇ KBC ਦੇ ਮੰਚ ਤੇ ਮੈਂ 10 ਸਵਾਲਾਂ ਦੇ ਸਹੀ ਜਵਾਬ ਦੇ ਕੇ ਤੇ ਮੈਂ 3,20,000 ਰੁਪਇਆ ਜਿੱਤ ਪਾਈ। ਫਿਰ ਉਸ ਤੋਂ ਬਾਅਦ ਸੁਪਰ ਸੰਦੂਕ ਆਇਆ ਤੇ ਸੁਪਰ ਸੰਦੂਕ ਦੇ ਵਿੱਚੋਂ ਮੈਂ 10 ਸਵਾਲਾਂ ਦੇ ਵਿੱਚੋਂ 9 ਸਵਾਲਾਂ ਦੇ ਸਹੀ ਜਵਾਬ ਦਿੱਤੇ। ਫਿਰ ਅਮਿਤਾਭ ਜੀ ਬਹੁਤ ਖੁਸ਼ ਹੋਏ ਉਸ ਤੋਂ, ਤੇ ਫਿਰ ਮੈਂ ਉਹਦੇ 'ਤੇ ਆਪਣੀ ਲਾਈਫ ਲਾਈਨ ਨੂੰ ਰਿਵਾਈਵ ਕੀਤਾ। ਬਿਲਕੁਲ, ਪਲੈਨਿੰਗ ਹਜੇ ਤਾਂ ਸਪਨਾ ਉਹ ਵੀ ਅਮਿਤਾਭ ਜੀ ਨਾਲ ਹੀ ਜੁੜਿਆ, ਕਿਉਂਕਿ ਉਹਨਾਂ ਦਾ ਉੱਥੇ ਇੱਕ ਗਾਣਾ ਸੀ ਦੇਖਾ ਇੱਕ ਆਪਣੇ ਸਿਲਸਿਲੇ ਹੋਏ, ਤੇ ਉਹ ਗਾਣਾ ਟਿਊਲਿਪ ਗਾਰਡਨਸ ਦੇ ਵਿੱਚ ਸ਼ੂਟ ਕੀਤਾ ਗਿਆ। ਤੇ ਉਹਨਾਂ ਨੇ ਵੀ ਦੱਸਿਆ ਕਿ ਇਹ ਗਾਣਾ ਸੀ ਐਮਸਟਰਡੈਮ ਨੀਦਰਲੈਂਡਸ ਦੇ ਵਿੱਚ ਅਸੀਂ ਇਹ ਗਾਣਾ ਸ਼ੂਟ ਕੀਤਾ ਸੀ, ਤੇ ਕਸ਼ਮੀਰ ਦੇ ਵਿੱਚ ਵੀ ਕੀਤਾ ਸੀ। ਤੇ ਹੁਣ ਇਹ ਮੇਰੀ ਇੱਛਾ ਹੈ ਕਿ ਜੇ ਪਰਮਾਤਮਾ ਦੀ ਕਿਰਪਾ ਰਹੀ ਤੇ ਮੈਂ ਉੱਥੇ ਜਾਣਾ ਚਾਹੂੰਗੀ, ਤੇ ਮੈਂ ਟਿਊਲਿਪ ਗਾਰਡਨਸ ਦੇ ਵਿੱਚ ਜਾਣਾ ਚਾਹੂੰਗੀ। ਫੈਮਿਲੀ ਦੇ ਵਿੱਚ ਮੇਰੇ ਹਸਬੈਂਡ ਹੈਗੇ ਆ ਤੇ ਮੇਰੀ ਬੇਟੀ ਹੈਗੀ ਆ। ਹਸਬੈਂਡ ਬਹੁਤ ਖੁਸ਼ ਹੈ, ਬੇਟੀ ਬਹੁਤ ਖੁਸ਼ ਹੈ। ਇਸ ਤੋਂ ਪਹਿਲਾਂ ਮੇਰੀ ਬੇਟੀ ਵੀ ਗਰਾਊਂਡ ਆਡੀਸ਼ਨ ਤੱਕ ਜਾ ਚੁੱਕੀ ਹੈ, ਇਸੇ ਸਾਲ ਅਕਤੂਬਰ 'ਚ ਗਰਾਊਂਡ ਆਡੀਸ਼ਨ ਤੱਕ ਪਹੁੰਚੀ ਸੀ, ਤੇ ਸਮਹਾਉ ਉਹਦਾ ਪਾਸਟ ਫਿੰਗਰ ਫਸਟ ਤੱਕ ਨਹੀਂ ਹੋ ਸਕਿਆ। ਤੇ ਹਸਬੈਂਡ ਬਹੁਤ ਖੁਸ਼, ਉਹ ਕਹਿੰਦੇ ਕਿ ਇਹ ਸਾਰੇ ਪਰਿਵਾਰ ਦਾ ਸੁਪਨਾ ਸੀ ਜੋ ਤੇਰੇ ਰਾਹੀਂ ਹੁਣ ਪੂਰਾ ਹੋ ਰਿਹਾ। ਉਹ ਕੰਪਨੀ ਸੈਕਰੇਟਰੀ ਹੈ ਤੇ ਕਾਰਪੋਰੇਟ ਲਾਸ ਦੇ ਵਿੱਚ ਕੰਮ ਕਰਦੇ। ਮੈਂ ਕਹਿਣਾ ਚਾਹੂੰਗੀ ਕਿ ਤੁਸੀਂ KBC ਦੇਖਦੇ ਰਹੋ ਤੇ ਕੋਸ਼ਿਸ਼ ਕਰਦੇ ਰਹੋ, ਜੇ ਮੇਰਾ ਨੰਬਰ ਆ ਸਕਦਾ ਤਾਂ ਤੁਹਾਡਾ ਵੀ ਜ਼ਰੂਰ ਆ ਸਕਦਾ, ਤੇ ਖੇਲਦੇ ਰਹੋ। ਤੇ ਥੈਂਕ ਯੂ ਸੋ ਮਚ।